ਦੇਖੋ ਸਾਨੂੰ ਮਾਨਯੋਗ ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਡਾਕਟਰ ਅਭਿਨਵ ਤ੍ਰਿਖਾ ਜੀ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਮੈਡਮ ਸਾਕਸ਼ੀ ਸਾਹਨੀ ਜੀ ਦਿਸ਼ਾ ਨਿਰਦੇਸ਼ ਹੋਏ ਸੀ ਕਿ ਜਿਹੜਾ ਸ਼ਹੀਦਾ ਸਾਹਿਬ ਦੇ ਨੇੜੇ ਦੁਕਾਨਾਂ ਹੈ ਇਹਨਾਂ ਦੀ ਚੈਕਿੰਗ ਕੀਤੀ ਜਾਵੇ। ਸੋ ਅਸੀਂ ਅੱਜ ਜਿਹੜਾ ਹੈ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਅਸੀਂ ਸ਼ਹੀਦਾ ਸਾਹਿਬ ਦੇ ਸਾਹਮਣੇ ਜਿੰਨੀਆਂ ਵੀ ਦੁਕਾਨਾਂ ਸੀ ਇਹਨਾਂ ਦੀ ਚੈਕਿੰਗ ਕੀਤੀ ਹੈ ਔਰ ਵੱਖ ਵੱਖ ਬ੍ਰਾਂਡ ਜਿਹੜੇ ਹੈ ਜਿਹਦੇ ਵਿੱਚ ਨੰਦ ਹੈ, ਕਾਨਾ, ਨੰਦਨੀ ਔਰ ਹੋਰ ਵੀ ਦੋ ਤਿੰਨ ਬ੍ਰਾਂਡ ਨੇ ਉਹਨਾਂ ਦੀ ਅਸੀਂ ਸੈਂਪਲਿੰਗ ਕੀਤੀ ਹੈ। ਸੈਂਪਲ ਜੋ ਵੀ ਲਏਦੇ ਆ ਉਹਨਾਂ ਨੂੰ ਅਸੀਂ ਜਿਹੜਾ ਹੈ ਫੂਡ ਲੈਬੋਰਟਰੀ ਖਰੜ ਜਿਹੜਾ ਹੈ ਭੇਜ ਦੇਵਾਂਗੇ ਔਰ ਜੋ ਵੀ ਉਹਨਾਂ ਦੀ ਅੱਗੇ ਰਿਪੋਰਟ ਆਏਗੀ ਉਹ ਐਜ਼ ਪਰ ਦਾ ਫੂਡ ਸੇਫਟੀ ਐਕਟ ਫਰਦਰ ਇਹਨਾਂ 'ਤੇ ਐਕਸ਼ਨ ਜਿਹੜਾ ਉਹ ਲਿਆ ਜਾਏਗਾ।